जी पप्पू है जी की कहना चाहोगे सर आज रैली शामिल हो सर जी मैं शहीद करतार सिंह सराभा जी की अज जो कि साइकिल रैली सी साढ़े मानयोग श्री कमिश्नर साहब जी जिन्होंने सानू उत्थे इनवाइट किया कि असी एंबुलेंस की सर्विस दी उत्थे जी फ्री कोस्ट ਕਿੰਨੀਆਂ ਗੱਡੀਆਂ ਲੈ ਕੇ ਗਏ ਸੀ ਸਰ 10 ਗੱਡੀਆਂ ਲੈ ਕੇ ਐਂਬੂਲੈਂਸ ਆਈ ਸਰ ਕਿੱਥੋਂ ਤੱਕ ਗੱਡੀਆਂ ਇਹ ਸਰ ਪੀਏਯੂ ਦੇ ਵਿੱਚੋਂ ਲੈ ਕੇ ਜਿੱਥੇ ਤੱਕ ਰੈਲੀ ਘੁੰਮਦੀ ਹੈ 13 ਕਿਲੋਮੀਟਰ ਦੇ ਅੰਦਰ ਉੱਥੇ ਸਾਰੀਆਂ ਸਾਡੀਆਂ ਐਂਬੂਲੈਂਸ ਖੜੀਆਂ ਰਹੀਆਂ ਕਿੰਨੀਆਂ ਗੱਡੀਆਂ ਸੀ ਟੋਟਲ ਟੋਟਲ 10 ਗੱਡੀਆਂ ਸੀਗੀਆਂ ਕੀ ਕੁਝ ਕੀਤਾ ਉੱਥੇ ਉੱਥੇ ਸਰ ਜਿੱਦਾਂ ਬੱਚੇ ਸਾਈਕਲ ਚਲਾਉਂਦੇ ਸੀ ਆਪਸ ਵਿੱਚ ਟਕਰਾ ਜਾਂਦੇ ਕਿਸੇ ਦੀ ਕੋਈ ਜਲ ਛਿੱਲ ਛੁੱਲੀ ਜਾਂਦੀ ਸੀ ਸਾਡੇ ਮੈਡੀਕਲ ਦੇ ਵਿੱਚ ਸਾਡੇ ਸਟਾਫ ਜੀ ਨਾਲ ਹੈਗੇ ਆ ਉਹਨਾਂ ਨੇ ਆਪਣੇ ਦਵਾਈ ਬੂਟੀ ਕੀਤਾ ਜਾਂਦੇ ਆ ਕਿੰਨੇ ਕੁ ਬੱਚੇ ਸਰ 4-5 ਬੱਚੇ ਸੀਗੇ ਜਿਹੜੇ ਤੇ ਸਾਨੂੰ ਜਿੱਥੋਂ ਵੀ ਪੰਜਾਬ ਤੋਂ ਕਿਤੇ ਵੀ ਕਾਲ ਆਏਗਾ ਕੋਈ ਵੀ ਰੈਲੀ ਬਾਰੇ ਸੰਬੰਧੇ ਬਾਰੇ ਅਸੀਂ ਜ਼ਰੂਰ ਜਾਵਾਂਗੇ ਸਾਡੇ ਪੰਜਾਬ ਯੂਨੀਅਨ ਜਿਹੜੇ ਐਂਬੂਲੈਂਸ ਦੀ ਯੂਨੀਅਨ ਹੈ ਪੰਜਾਬ ਦੀ ਉਹ ਵੀ ਸਾਡੀ ਡੀਐਮਸੀ ਯੂਨੀਅਨ ਨਾਲ ਟੱਚ 'ਚ ਆਈ ਸਰ ਦੇਖਿਆ ਜਾਏ ਹੁਣ ਦੇ ਚਲੋ ਤੁਸੀਂ ਸਾਈਕਲ ਤੇ ਰੈਲੀ 'ਚ ਸ਼ਾਮਲ ਹੋਏ ਪਹਿਲਾਂ ਵੀ ਤੁਸੀਂ ਰਾਜਨੀਤੀ ਪਾਰਟੀਆਂ ਦੇ ਨਾਲ ਵੀ ਰੈਲੀਆਂ ਦੇ ਵਿੱਚ ਸ਼ਾਮਲ ਹੁੰਦੇ ਹੋ ਨਹੀਂ ਸਰ ਪਾਰਟੀ ਜਿਹੜੀ ਮਰਜ਼ੀ ਹੋਵੇ ਕੋਈ ਚੱਕਰ ਨਹੀਂ ਹੈ ਪਿੱਛੇ ਜੇ ਸ਼ਹੀਦ ਕਰ ਭਗਤ ਸਿੰਘ ਜੀ ਦੀ ਰੈਲੀ ਤੇ ਗਏ ਆ ਫਿਰ ਆਪਣੇ ਬਾਲਮੀਕ ਮਹਾਰਾਜ ਸਾਹਿਬ ਉੱਥੇ ਵੀ ਗਏ ਜੀ ਅਜਾ ਜੀ ਕਿੰਨੀਆਂ ਰੈਲੀਆਂ ਹੁਣ ਤੱਕ ਕਵਰ ਕਰ ਚੁੱਕੇ ਹੋ ਜੀ ਅਸੀਂ 3 ਰੈਲੀਆਂ ਕਰ ਚੁੱਕੇ ਆ ਤੇ 2-3 ਵਿਆਹ ਕਰ ਚੁੱਕੇ ਆ ਮਕਸਦ ਗਰੀਬ ਕੁੜੀਆਂ ਦੇ ਅੱਛਾ ਮਕਸਦ ਕੀ ਹੈ ਬੈਟਰ ਕੀ ਹੈ ਵੀ ਤੁਸੀਂ ਸ਼ੁਰੂਆਤ ਕੀਤੀ ਜਿਹੜੀ ਸਾਰੀ ਸ਼ੁਰੂਆਤ ਇਦਾਂ ਕਿ ਦੇਖੋ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਦੋਂ ਵੀ ਪ੍ਰਸ਼ਾਸਨ ਨੂੰ ਸਾਡੀ ਲੋੜ ਪੈਂਦੀ ਹੈ ਐਂਬੂਲੈਂਸਾਂ ਦੀ ਤੇ ਸਾਨੂੰ ਜਾਣਾ ਪੈਂਦਾ ਸਾਨੂੰ ਸੇਵਾ ਕਰਨ ਲਈ ਜਾਣਾ ਪੈਂਦਾ ਜੀ ਉਹਨਾਂ ਲਈ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਉਣ ਵਾਲੇ ਲੋਕਾਂ ਨੂੰ ਹਾਂ ਲੋਕਾਂ ਨੂੰ ਇਹ ਕਹਿੰਦੇ ਜਿੱਥੇ ਵੀ ਕੋਈ ਕਿਤੇ ਵੀ ਪੰਜਾਬ ਦੇ ਵਿੱਚ ਰੈਲੀ ਹੋਵੇ ਸਾਡਾ ਡੀਐਮਸੀ ਯੂਨੀਅਨ ਜਾ ਪੰਜਾਬ ਯੂਨੀਅਨ ਵਾਲੇ ਕਿਤੇ ਵੀ ਮੈਸੇਜ ਪਾ ਦੇਣ ਸਾਨੂੰ ਮੈਸੇਜ ਦੇ ਦੇਣ ਅਸੀਂ ਜ਼ਰੂਰ ਪਹੁੰਚਾਂਗੇ ਜੀ ਫ੍ਰੀ ਸੇਵਾ ਜਾਵਾਂਗੇ ਬਿਲਕੁਲ ਫ੍ਰੀ ਗੱਡੀ ਫ੍ਰੀ ਸੇਵਾ ਜੀ ਤੇਲ ਸੇਵਾ ਵੀ ਬਿਲਕੁਲ ਤੇਲ ਵੀ ਫ੍ਰੀ ਜੀ ਠੀਕ ਹੈ ਡੀਐਮਸੀ ਚੌਂਕੀ ਇੰਚਾਰਜ ਕਸ਼ਮੀਰ ਸਿੰਘ ਜੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਸ਼ਹੀਦ ਕਰਤਾਰ ਸਿੰਘ ਸਲਾਭਾ ਜੀ ਦੀ ਰੈਲੀ ਦੇ ਉੱਤੇ ਸਾਈਕਲ ਰੈਲੀ ਤੇ ਸੱਦਾ ਦਿੱਤਾ ਜੀ ਸਰ ਕੀ ਨਾਮ ਹੈ ਤੁਹਾਡਾ ਅਮਰਨਾਥ ਗੁਪਤਾ ਸਰ ਰੈਲੀ ਦੇ ਵਿੱਚ ਸ਼ਾਮਲ ਹੋਏ ਸੀ ਹਾਂਜੀ ਕੀ ਸੇਵਾ ਨਿਭਾਈ ਸਰ ਲੋਕ ਸੇਵਾ ਟੈਕਸੀ ਸਟੈਂਡ ਐਂਬੂਲੈਂਸ ਸਰਵਿਸ ਤੋਂ ਆਏਗੀ 10 ਗੱਡੀਆਂ ਰੈਲੀਆਂ ਦੇ ਵਿੱਚ ਗਈ ਹੈ ਜਿਨ੍ਹਾਂ ਬੱਚੇ ਨੂੰ ਸੱਟ-ਸੁੱਟ ਲੱਗੀ ਹੈ ਉਹਨਾਂ ਬੱਚੇ ਨੂੰ ਪੱਟੀਆਂ ਦਵਾਈਆਂ ਜੋ ਵੀ ਹੈ ਉਹ ਸਾਡੇ ਪ੍ਰਧਾਨ ਜੀ ਨੇ ਫ੍ਰੀ ਸੇਵਾ ਕਰਾਈ ਹੈ ਹਾਂਜੀ ਤੇ ਕਿਵੇਂ ਲੱਗਦਾ ਵੀ ਕਿੰਨੇ ਲੋਕਾਂ ਬੱਚਿਆਂ ਨੂੰ ਇਹਦੇ ਚ ਸਰ 4-5 ਬੱਚੇ ਨੂੰ ਸੱਟ ਲੱਗੀ ਸੀਗੀ ਤੇ ਮੈਡੀਕਲ ਸਾਰਾ ਫ੍ਰੀ ਲਾਇਆ ਹਾਂਜੀ ਹਾਂਜੀ ਸਾਰਾ ਆਕਸੀਜਨ ਵਗੈਰੇ ਜੋ ਵੀ ਮੈਡੀਕਲ ਪੱਟੀਆਂ ਵਗੈਰੇ ਜੋ ਵੀ ਦਵਾਈਆਂ ਵਗੈਰੇ ਸਾਰਾ ਕੁਝ ਫ੍ਰੀ ਕੀਤਾ ਉਹ ਸਰ ਸਾਡੇ ਪੱਪੂ ਪ੍ਰਧਾਨ ਜੀ ਹੈਗੇ ਡੀਐਮਸੀ ਸਟੈਂਡ ਤੋਂ ਉਹਨਾਂ ਨੇ ਜੋ ਵੀ ਸੇਵਾ ਲਾਣਗੇ ਉਹਨਾਂ ਨੇ ਤੇ ਉਹ ਸੇਵਾ ਨਿਭਾਵਾਂਗੇ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ